السلام علیکم ورحمۃ اللہ وبرکاتہ گٹر محمد زمان ایک بار پھر نئی ویڈیو کے ٹوپے کے ساتھ تمام دوستوں کا شکر ہے دوستو اج ماشاءاللہ اے بھائی گانے انہاں ڈیرے تے حاضر ہوئے ہیں اور ماشاءاللہ شوق نال دیکھ رہے ہیں اپ اپنا کرنا شیئر کر رہے ہیں اج جانور چیک کرو ماشاءاللہ انہاں کے نمسکار جانور ماشاءاللہ تو بڑے بڑے دیکھے نے تے اے بھی جانور چیک کرنا کمنٹ دے اندر جانا دسنا ہے گا جانور دے متعلق اے پاکو بریڈ چوں ہیں ਫਿਲਹਾਲ ਤਾਂ ਮਾਸ਼ਾਅੱਲਾ ਬਰੀਡਰ ਹੀ ਹੈ ਪੁਰਾਣਾ ਜਾਨਵਰ ਹੈ ਬਰੀਡ ਵਾਲਾ ਛੱਡੇ ਵੈਸੇ ਦੁੱਖਾਂ ਦੇ ਪੱਠਾ ਹੈ ਲੇਕਿਨ ਜਿਹੜਾ ਬਰੀਡ ਹੀ ਛੱਡਿਆ ਕਿਉਂਕਿ ਅੱਛਾ ਜਾਨਵਰ ਹੈ ਪਰ ਇਹ ਮਾਸ਼ਾਅੱਲਾ ਜੇ ਨਾ ਸੀਜ਼ਨ ਵਾਸਤੇ ਦੋ ਤੋਂ ਤਿੰਨ ਮਹੀਨੇ ਜੇ ਗਏ ਨੇ ਸੀਜ਼ਨ ਵਿੱਚ ਅਤੇ ਅੱਲਾਹ ਦੇ ਫਜ਼ਲ ਇਨਸ਼ਾਅੱਲਾ ਸੀਜ਼ਨ ਦੇ ਵਿੱਚ ਜੇ ਆਉਣਾ ਬਹਿਆ ਬਹਿਆ ਦਾ ਖੁਰਜਾ ਖੁਰਜਾ ਹੋ ਜਾਂਦਾ ਅਤੇ ਬਾਕੀ ਜਿਹੜਾ ਸਾਡੇ ਹਰੀਕ ਸੀਜ਼ਨ ਚੜ੍ਹੇਗਾ ਤਾਂ ਲੱਗਣਾ ਫਿਰ ਪਤਾ ਉਹਨਾਂ ਨੂੰ ਹਿਡਵਾਂ ਤੇ ਜਨਾਬ ਆ ਦੱਸਣੇ ਪੈਣਾ ਤੇ ਵਹਾਣੇ ਪੈਣਾ ਤੇ ਇਸ ਦਿਨ ਚੜ੍ਹਿਆ ਕੋ ਨਹੀਂ ਤੇ ਅੱਲਾ ਪਾ ਕੇ ਜ਼ਿੰਦਗੀ ਕਰੇ ਤੇ ਤੁਸੀਂ ਜਨਾਬ ਜਰਾ ਮੂੰਹ ਨਹੀਂ ਕਰਨਾ ਹੈਗਾ ਸੀਜ਼ਨ ਚੜ੍ਹਨ ਦਾ ਬੜਾ ਦੂਰ ਦੀ ਗੱਲ ਅਤੇ ਜਰਾ ਉੱਧਰੋਂ ਜਰਾ ਉੱਪਰ ਜਰਾ ਬਹਿਰਾ ਤਰਫ ਕਰਾਉਣ ਵਾਲੇ ਕੋਈ ਵੀ ਜਿਹਦਾ ਨਾਮ ਆਪਣਾ ਦੱਸਿਆ ਜੀ ਨਹੀਂ ਖਾਂ ਨਹੀਂ ਖਾਂ ਅਤੇ ਇਹ ਭਾਈ ਖੜੇ ਨੇ ਮੁਹੰਮਦ ਵਸੀਮ ਹਾਂਜੀ ਆਸਫ ਖਾਨ ਆਸਫ ਖਾਨ सुहेल पिछे भाई खड़ा है अली रजा इधर दोस्त खड़े अभी ਨਾਮ ਦੱਸੋ ਜੀ ਉਸਮਾਨ ਜੀ ਅੰਗਰ ਜੀ ਅਰਸ਼ਾਦ ਅਰਸ਼ਾਦ ਅਲੀ ਔਰ ਇੱਕ ਹੈ ਬਾਈ ਵੀ ਜਨਾਬ ਵੀ ਮਸਰੂਫ ਨੇ ਰਜ਼ਵਾਨ ਤੇ ਆ ਜਨਾਬਾਂ ਦਾ ਥੋੜਾ ਫੋਕਸ ਕਰੋ ਜੀ ਲਓ ਜਨਾਬ ਇਹ 1 2 3 4 5 ਹਰ ਬਾਣੀ ਜੀ ਤੇ ਉਹ ਇਹਨਾਂ ਦੇ ਨਾਲ ਦਾ 6 ਅੱਛੇ ਜਨਾਬ ਇੱਕੋ ਚੁਗਲੇ ਜਨਾਬ ਖੜੇ ਨੇ ਮਾਸ਼ਾਅੱਲਾ किसे पासो देखने की जरूरत नहीं पैनी इंशाल्लाह ਪੂਰੀਆਂ ਜਨਾਬ ਆਸ ਤਾਂ ਪੰਜ ਛੇ ਹੋਰ ਵੀ ਹੈਗੇ ਬੱਚੇ ਇਸ ਤੋਂ ਇਲਾਵਾ ਮਾਸ਼ਾ ਚਾਰ ਪੰਜ ਹੋਰ ਖੜੇ ਨੇ ਲਗਨੇ ਸਾਰੇ ਇਕੱਠੇ ਨੂੰ ਸ਼ੋਅ ਕਰਵਾਉਣਾ ਜਰਾ ਮੁਸ਼ਕਲ ਹੋ ਜਾਂਦਾ ਕਿ ਲੜਦੇ ਨੇ ਜਾਂਦਾ ਇਧਰ ਬੱਚੇ ਹਨ ਖੜੇ ਨੇ ਤਾਂ ਤੁਹਾਨੂੰ ਸ਼ੋਅ ਕਰਵਾ ਰਿਹਾ ਮਾਸ਼ਾ ਰੋਡਾ ਸਾਹਿਬ ਨੇ ਬਹੁਤ ਅੱਛਾ ਸ਼ੋਅ ਕੀਤਾ ਲਾਪਾ ਨੇ ਸ਼ੋਅ ਦੇ ਲਾਪਾ ਕਰੇ ਤੰਦਰੁਸਤੀ ਦੇਵੇ ਗੱਲ ਐਂਡ ਡਿਪੈਂਡ ਕਰਦੀ ਹੈਗੀ ਇਹ ਜ਼ਿੰਦਗੀ ਨਾਲ ਮਾਲਕ ਨਾਲ ਜਨਾਬ ਦੀ ਜ਼ਿੰਦਗੀ ਕਰੇ ਬਹੁਤ ਮਿਹਨਤ ਦੇ ਨਾਲ ਉਹਨਾਂ ਜਨਾਬ ਬੇਟਾ ਲਾਈ ਮਾਸ਼ਾ ਤੇ ਕਿਸੇ ਵੀ ਚੀਜ਼ ਦਾ ਟਾਈਮ ਤਾਂ ਲੱਗਦਾ ਤੇ ਅੱਛਾ ਸ਼ੋਅ ਮਾਸ਼ਾ ਕੀਤਾ ਵਾ ਨਾਮ ਦੇ ਜਿਹੜੇ ਮਾਏ ਨੇ ਸ਼ੋਅ ਸਾਰਾ ਦਾ ਰੱਬ ਨੇ ਤੇ ਇੱਕ ਬੰਦੇ ਵਾਸਤਾ ਰੋਲ ਨਹੀਂ ਹੈ ਇਸ ਵਾਸਤੇ ਜਾਣਾ ਸ਼ੌਕ ਨੂੰ ਗਾਣੇ ਦੇ ਲਿਆ ਦੋਸਤਾਂ ਨਾਲ ਜਾਣਾ ਅਟੈਚ ਕਰਿਆ ਕਰੋ ਤੇ ਕੱਲਾ ਕੱਲਾ ਕਰਕੇ ਜਾਣਾ ਸ਼ੌਕ ਬੰਦਾ ਆਖਣਾ ਤੂੰ ਇੱਕ ਲੜਾ ਲੈਗਾ ਦੋ ਲੜਾ ਲੈਗਾ ਉਸ ਤੇ ਮਾਸ਼ਾਅੱਲਾ ਬਹੁਤ ਖੁਸ਼ੀ ਹੋਈ ਬਹੁਤ ਜਣਾ ਪਸੰਦ ਲੱਗਿਆ ਅੱਲਾ ਪਾਣਾ ਜੀ ਵੀ